ਭਵਾਨੀਗੜ੍ਹ ਦੇ ਨੇੜਲੇ ਪਿੰਡ ਚੰਨੋ ਵਿਖੇ ਪੰਜਾਬ ਸਰਕਾਰ ਦਾ ਡ੍ਰੀਮ ਪ੍ਰੋਜੈਕਟ ਸਮਾਰਟ ਵਿਲੇਜ ਮੁਹਿੰਮ ਦਾ ਉਦਘਾਟਨ ਰਾਹੁਲ ਗਾਂਧੀ ਵੱਲੋਂ ਵਰਚੁਅਲ ਤਰੀਕੇ ਦੇ ਨਾਲ ਕੀਤਾ ਗਿਆ। ਇਸ ਵੀਡੀਓ ਕਾਨਫਰੰਸ 'ਚ ਪੰਜਾਬ ਦੀ ਕੈਬਨਿਟ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਰਹੇ। ਚੰਨੋ ਵਿਖੇ ਰਾਹੁਲ ਗਾਂਧੀ ਵੱਲੋਂ ਕੀਤੇ ਗਏ ਸਮਾਰਟ ਵਿਲੇਜ ਮੁਹਿੰਮ ਦਾ ਉਦਘਾਟਨ ਆਨਲਾਈਨ ਵੇਖਣ ਲਈ ਵੱਡੀ ਗਿਣਤੀ 'ਚ ਪਿੰਡ ਦੇ ਸਰਪੰਚ ਸਮੇਤ ਆਲੇ ਦੁਆਲੇ ਦੇ ਲੋਕ ਮੌਜੂਦ ਰਹੇ। ਉੱਥੇ ਕੈਬਨਿਟ ਮੰਤਰੀ ਵਿਜੇਂਦਰ ਸਿੰਗਲਾ ਨੇ ਕਿਹਾ ਕਿ ਸਰਕਾਰ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ। ਇਹ ਜਿਹੜਾ ਪਿੰਡ ਦੀਆਂ ਸਕੀਮਾਂ ਦੇ ਉੱਪਰ ਵਿਕਾਸ ਦੇ ਉੱਪਰ ਖਰਚਾ ਕੀਤਾ ਜਾ ਰਿਹਾ ਹੈ, ਉਹ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਹੈ। ਇਸ ਦਾ ਇੱਕ ਇੱਕ ਪੈਸਾ ਇਮਾਨਦਾਰੀ ਦੇ ਨਾਲ ਖਰਚਿਆ ਜਾਵੇਗਾ। ਇਕੱਲੇ ਭਵਾਨੀਗੜ੍ਹ ਦੀ ਗੱਲ ਦੀ ਅਤੇ ਸੰਗਰੂਰ ਦੀ ਗੱਲ ਨਹੀਂ ਹੈ, ਸਮੁੱਚੇ ਪੰਜਾਬ ਦੇ ਜਿਹੜੇ ਅੰਦਾਜ਼ਨ 13,000 ਪਿੰਡ ਹੈ, ਸਾਰੇ ਪਿੰਡਾਂ ਦੇ ਵਿੱਚ ਇਹ ਸਮਾਰਟ ਵਿਲੇਜ ਕੈਂਪੇਨ ਚੱਲਣਾ ਔਰ ਉਸ ਦੇ ਨਾਲ ਪਹਿਲੇ ਫੇਜ਼ ਦੇ ਵਿੱਚ ਜਿਹੜਾ ਪੈਸਾ ਖਰਚ ਹੋਇਆ ਉਹ ਪੈਸੇ ਦਾ ਕੰਮ ਆਲਰੇਡੀ ਚੱਲ ਰਿਹਾ ਸੀ ਅਤੇ ਉਸ ਤੋਂ ਬਾਅਦ ਸੈਕਿੰਡ ਫੇਜ਼ ਆਇਆ ਤਾਂ ਕਿ ਜਿਹੜੀਆਂ ਪਿੰਡਾਂ ਦੇ ਲੋਕਾਂ ਦੀਆਂ ਤਕਲੀਫਾਂ ਜਾਂ ਜਿਹੜੇ ਅਤਿ ਜ਼ਰੂਰੀ ਕੰਮ ਹੋਣ ਵਾਲੇ ਹੈ ਉਹ ਪਹਿਲੇ ਪੱਧਰ 'ਤੇ ਹੋ ਸਕਣ, ਇਹ ਉਸ ਕੈਂਪੇਨ ਨੂੰ ਅੱਜ ਲਾਂਚ ਕੀਤਾ ਔਰ ਇਹਦੇ ਵਿੱਚ ਅੱਡ ਅੱਡ ਤਰ੍ਹਾਂ ਦਾ ਪੈਸਾ, ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਵੀ ਸਰਕਾਰ ਵੱਲੋਂ ਭੇਜਿਆ ਗਿਆ, ਆਪਣੇ ਕੋਲ ਫਾਈਨੈਂਸ ਕਮਿਸ਼ਨ ਦਾ ਪੈਸਾ ਵੀ ਆਇਆ, 14 ਫਾਈਨੈਂਸ ਕਮਿਸ਼ਨ ਅਤੇ 15 ਫਾਈਨੈਂਸ ਕਮਿਸ਼ਨ ਦਾ ਪੈਸਾ ਵੀ ਆਇਆ ਅਤੇ ਜਿਹੜਾ ਇਹ ਪੈਸਾ ਪੂਰਾ ਆਉਣ ਵਾਲੇ ਇੱਕ ਸਾਲ 'ਚ ਇਕੱਲੇ ਇਕੱਲੇ ਪਿੰਡ ਦੇ ਸਰਪੰਚ ਸਾਹਿਬਾਨ, ਮੈਂਬਰ ਸਾਹਿਬਾਨ ਜਾਂ ਜਿਹੜੇ ਉਸ ਪਿੰਡ ਦੇ ਆਗੂ ਸਾਹਿਬਾਨ ਆ ਉਹਨਾਂ ਵੱਲੋਂ ਜੋ ਪ੍ਰਪੋਜ਼ਲ ਦਿੱਤੀਆਂ ਗਈਆਂ ਉਹਨਾਂ ਦੇ ਵਾਸਤੇ ਖਰਚ ਹੋ ਸਰ ਟੋਟਲ ਪਿੰਡਾਂ ਨੂੰ ਲੱਗਣਾ ਪੈਸਾ ਚੁਣੇ ਗਏ ਪਿੰਡ ਕੁਛ ਇਹਦੇ ਵਿੱਚ? ਨਹੀਂ ਨਹੀਂ, ਇਹ ਤਾਂ ਹਰ ਇੱਕ ਪਿੰਡ ਦੇ ਨੂੰ ਪੈਸਾ ਆਇਆ, ਜਿਹੜੇ ਜਿਹੜੇ ਲੋਕਲ MLA ਸਾਹਿਬਾਨਾਂ ਨੇ ਸਰਪੰਚਾਂ ਨਾਲ ਗੱਲ ਕਰਕੇ ਜਿਹਦਾ ਡਿਵੈਲਪਮੈਂਟ ਪਲਾਨ ਬਣਾ ਕੇ ਦਿੱਤਾ ਹੈ ਉਹਦੇ ਉੱਪਰ ਖਰਚ ਹੋ ਰਿਹਾ। ਕਿਸਾਨਾਂ ਦਾ ਫਿਰ ਕੀ ਹੋ ਗਿਆ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਜੀ? ਬਿਲਕੁਲ, ਪਰਸੋਂ ਨੂੰ ਵਿਧਾਨ ਸਭਾ ਦਾ ਸੈਸ਼ਨ ਕਾਲ ਕੀਤਾ, ਉਹਦੇ 'ਤੇ ਡਿਲੀਬਰੇਟ ਕਰਾਂਗੇ ਔਰ ਅਗਰੈਸਿਵਲੀ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਕੱਢ ਕੇ ਦਾਂਗੇ। ਸਵੇਰਾ ਪੰਜਾਬ ਲਈ ਭਵਾਨੀਗੜ੍ਹ ਤੋਂ ਲਵਲੀ ਕੌਸ਼ਲ ਦੀ ਰਿਪੋਰਟ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374-94-647, 84374-94-648। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼।